ਆਉ ਫੌਦਗੀਆਂ ਵਾਲੇ ਵਾਲਾ ਸਾਮਾਨ ਚਲਾ ਗਿਆ ਚਲੇ ਗਿਆ ਵਾ ਭਾਜੀ ਚਨੇ ਤਾਂ ਚਲੇ ਗਏ ਨੇ ਚਨੇ ਕਿੰਨੇ ਭੇਜੇ ਆ ਚਨੇ ਉਹਨੇ ਭੇਜੇ 24 ਕਿਲੋ ਤੇ ਨਾਲ ਮਖਾਣੇ ਮਿੱਠੇ ਮਿੱਠੇ ਮਖਾਣੇ ਵੀ ਭੇਜੇ ਆ ਹਾਲੇ ਕੋਈ ਮੁੰਡਾ ਆਂਦਾ ਪਿਆ ਕਹਿੰਦਾ ਉਹ ਕਿੰਨੇ ਭੇਜੇ ਆ ਉਹਨੇ ਕਿਹਾ 16 ਕਿਲੋ ਕਰ ਦਿਓ ਅੱਛਾ ਤੇ ਉਹ ਐ ਵੀ ਨਾਲ ਭੇਜੇ ਹੀ ਪੈਕੇਟ ਹੈ ਪੈਕੇਟ ਕਿੰਨੇ ਭੇਜੇ ਆ ਇਹ ਕਹਿੰਦੇ ਹਾਲੇ ਵਹੋਣਾ ਆ ਜੇਕਰ ਉਹਨਾਂ ਨੂੰ ਪਸੰਦ ਆ ਗਿਆ ਤਾਂ ਫਿਰ ਬੰਗਾ ਲੈਣਗੇ ਹੋਰ ਚਲੋ ਮੈਂ ਰੇਟ ਫਿਰ ਤੁਸੀਂ ਦੱਸਿਆ ਮਿੰਨ ਤਾਂ ਰੇਟ ਦਾ ਪਤਾ ਨਹੀਂ ਸੀਗਾ ਚਲੋ ਠੀਕ ਆ ਆ ਬਾਸ ਉਹਨਾਂ ਨੇ ਲਿਖਿਆ ਨਾ ਸਮਾਨ ਜਿਹੜਾ ਵੀ ਗਿਆ ਆਸਮਾਨ ਸਾਹਿਬ ਨੇ ਲਿਖਤਾ ਵਾ ਉਹ ਚਿੱਟਾ ਨੇ ਚਿੱਟਾ ਹਾਂ ਚਿੱਟਾ ਕਰਿਆਨੇ ਵਾਲਾ ਆਹੋ ਆ ਉਹਨੇ ਫੋਨ ਕੀਤਾ ਸੀ ਮੈਨੂੰ ਹਾਂ ਉਹਨੇ ਕਿਹਾ ਸੀ ਚਲੋ ਕਰ ਲਿਆ ਜੀ ਮੈਂ ਵਾਦਾ ਘਟਾ ਆ ਕੇ ਨਾ ਕਰਦਾਗਾ ਹਾਂ ਤੇ ਤੁਸੀਂ ਜਰਾ ਕਰੇ ਮਹਿਮਾਨ ਆਏ ਹੋਏ ਨੇ ਸਵੇਰੇ ਕੁਲ ਦਵਾਉਣੇ ਆ ਅੱਛਾ ਕੁਲਾਂ ਦਾ ਖਤਮ ਆ ਤੇ ਫਿਰ ਉਹ ਚਲੋ ਫਿਰ ਭੇਜ ਦਿਓ ਤੁਸੀਂ ਇਹ 24 ਕਿਲੋ ਦਾਣਿਆਂ ਦੇ ਵਿੱਚ ਉਹਨਾਂ ਨੂੰ 100 ਗੀ ਕਿਹਾ ਸੀ ਮੈਂ ਕਿਹਾ ਜੀ 2 ਢਾਈ ਕਿਲੋ ਪਵਾ ਲਿਓ ਕਿੰਨੀ ਭੇਜੀ ਹੈ 100 ਗੀ ਤਾਂ 2 ਕਿਲੋ ਲੈ ਗਏ 2 ਕਿਲੋ ਭੇਜੀ 2 ਕਿਲੋ 100 ਗੀ ਭੇਜੀ ਸੀ ਠੀਕ ਆ ਉਹ ਛਿੱਟਾ ਕਹਿੰਦਾ ਸੀ ਵੀ ਭਾਈ ਚਨੇ ਸਾਡੇ ਖੁਸ਼ਕ ਹੋਣੇ ਚਾਹੀਦੇ ਆ ਸਲਾਬੇ ਚਨੇ ਨਹੀਂ ਹੋਣੇ ਚਾਹੀਦੇ ਮੈਂ ਪੂਰੇ ਰੋੜ ਤੇ ਦੁਕਾਨਾਂ ਵੇਖ ਲਓ ਆਪਣੇ ਵਰਗੇ ਚਨੇ ਉਹਨਾਂ ਨੂੰ ਕਿੱਦੋਂ ਨਹੀਂ ਲੱਭਣੇ ਉਹਨੂੰ ਕਹੇ ਸਲਾਬੇ ਅਸੀਂ ਨਹਿਰ ਚਲਾਏ ਜਣੇ ਉਹ ਮਸਲ ਬੋਸ ਚਨੇ ਸਾਡੇ ਕੋ ਕਿੱਥੇ ਹੁੰਦੇ ਸਰਦੀ ਦਾ ਮੌਸਮ ਆਣਾ ਭਾਜੀ ਉਹ ਤਾਂ ਕਰਕੇ ਗੱਲ ਕਰਦਾ ਸੀ ਇਹਨਾਂ ਨੂੰ ਹੱਥ ਫੇਰੀਆਂ ਨਾ ਉਹਨਾਂ ਨੂੰ ਸਮਾਨ ਪੂਰਾ ਭੇਜਿਆ ਨਾ ਕੱਲ੍ਹ ਤੂੰ ਵੀ ਮਰਨਾ ਤੇਰੇ ਵੀ ਕੋਲਾਂ ਦਾ ਸਮਾਨ ਮੈਂ ਦੇਣਾ ਹਰ ਸ਼ੇ ਪੂਰੀ ਔਰ ਨੈਸ਼ ਗੱਲਾਂ ਨਾ ਕਰੋ ਕੀ ਹੋ ਗਿਆ ਰਿਜ਼ਕ ਲੈਟੇ ਦੇ ਖਲੋਤੇ ਕਿਸੇ ਵੇਲੇ ਮਨਜ਼ੂਰੀ ਦਾ ਵੇਲਾ ਵੀ ਹੁੰਦਾ ਐਵੇਂ ਫਰਿਸ਼ਤਾ ਨੇੜੇ ਦੇੜੇ ਲਗਾ ਫਿਰਦਾ ਹੋਇਆ ਇਹ ਤੇ ਮੈਂ ਤੈਨੂੰ 50 ਵਾਰੀ ਗੱਲ ਕਹੀ ਆ ਅਸਰ ਤੇ ਹੋਇਆ ਨਹੀਂ ਤੈਨੂੰ ਅਸਰ ਤੇ ਤਾਂ ਤੂੰ ਲੈਣ ਤੇ ਆਇਆ ਕੋਈ ਨਹੀਂ ਐਲਾਨ ਤੇ ਤੇਰਾ ਹੋਇਆ ਕੋਈ ਨਹੀਂ ਮਸੀਤ ਤੇ ਤੁਸੀਂ ਮੈਨੂੰ ਖਲਾ ਘਰਾ ਦੀ ਜੇ ਛੋਟੇ ਛੋਟੇ ਬੱਚੇ ਨੇ ਮੇਰੇ ਮਤ ਅਗਲ ਮਜ਼ਦੂਰੀ ਤੇ ਛੋਟੇ ਛੋਟੇ ਮੈਂ ਕਦੋਂ ਕਹਿਣ ਨੇ ਆ ਕਿ ਤੇਰੇ ਜਵਾਨ ਆ ਬੱਚੇ ਵੀ ਤੁਸੀਂ ਨਹੀਂ ਮਰਨਾ ਟਾਡੀ ਉਥੇ ਸਲਾਮ ਦਾ ਬਹੁਤੀ ਹੈ ਉਹ ਪੁੱਤ ਮੈਂ ਤੇਰਾ ਤਾਂ ਖਤਮ ਦੁਆਗੇ ਮਰਨਾ ਮਸੀਤ ਤੇ ਐਲਾਨ ਵੀ ਹੋਣਾ ਨਾ ਦੁਰਮਟ ਬ ਕਜ਼ਾਈ ਲਾਈ ਦੇ ਨਾਲ ਪਹੁੰਚ ਗਏ ਨੇ ਪਹੁੰਚ ਗਏ ਤੇ ਖਰਚਾ ਕਿੰਨੂੰ ਪੈਣਾ ਮੈਨੂੰ ਹੀ ਪੈਣਾ ਤੇ ਤੁਸੀਂ ਮੱਖੀ ਕੋਈ ਲੈਮ ਨਹੀਂ ਆਇਆ ਆਪੇ ਉੱਡ ਗਈ ਬਕਵਾਸ ਆਪਣੀ ਬੰਦ ਕਰਿਆ ਕਰ ਬਕਵਾਸ ਆ ਦੀ ਬੰਦ ਕਰਿਆ ਕਰ ਚਲੇ ਜੀ ਇਹ ਆ 24 ਘੰਟੇ ਬਕਵਾਸ ਹੀ ਕਰਦਾ ਰਹਿਣਾ ਖਾਈ ਜਾਂਦਾ ਤੇਰਾ ਕੰਮ ਹਲ ਕੋਈ ਨਹੀਂ ਧਿਆਨ ਗਾ ਘਾਇਆ ਗੱਲ ਕਰੋ ਪੁੱਛੋ ਨੂੰ ਗਾ ਘਾਇਆ ਹਾਂਜੀ ਭਾਜੀ ਮੈਂ ਗੱਲ ਕੀ ਕਰਨੀ ਤੂੰ ਸਤਾ ਪਹਿਲੇ ਲੜੀ ਜਾਂਦੇ ਆ ਉਹ ਭਾਈ ਉਹ ਯਾਦ ਦੀ ਲੜਨ ਦੀ ਮਾਲਕ ਜੋ ਹੋਇਆ ਫਿਰ ਉਹ ਜਿੰਨੇ ਮਰਜੀ ਚੰਗੀ ਬਕਵਾਸ ਆਪਣੀ ਘਟ ਕਰਿਆ ਕਰ ਜਦੋਂ ਗਾ ਗਾਵੇ ਭੌਂਗਦਾ ਹੀ ਰਹਿਣਾ ਪਤਾ ਨਹੀਂ ਕੀ ਗੱਲ ਆ ਜ਼ੁਬਾਨ ਨਾਲ ਹੀ ਪੁੱਛਿਆ ਤੂੰ ਉਹ ਚਲੋ ਜੀ ਗੱਲ ਕਰੋ ਭਾਈ ਤੁਸੀਂ ਗੱਲ ਉਹ ਕਿਆ ਕੀ ਐ ਤੇ ਤੂੰ ਇਹਦੀ ਰਨਿੰਗ ਪੂਰੀ ਕਰਨ ਟੁਰਿਆ ਮੈਂ ਕਿਹ ਗੱਲਾ ਕਰਨਾ ਫੌਦਗੀ ਦਾ ਸਮਾਨ ਕਿਸ ਬੰਦੇ ਤੇ ਗਿਆ ਫੌਦਗੀ ਭਾਈ ਹੁਣ ਕੁਲਾਂ ਦਾ ਖਤਮ ਆ ਉਹਨਾਂ ਦਾ ਸਮਾਨ ਭੇਜਿਆ ਮੈਂ ਕਿਹਾ ਪੂਰਾ ਭੇਜਿਆ ਕੱਲ ਨੂੰ ਤੂੰ ਵੀ ਮਰਨਾ ਮੈਨੂੰ ਵੀ ਦੇਣਾ ਪੈਣਾ ਸਮਾਨ ਸਾਰਾ ਹਾਂ ਹਾਂ ਨਹੀਂ ਕੀ ਪਤਾ ਤੁਸੀਂ ਮਰ ਜਾਓ ਉਹਨੂੰ ਦੇਣਾ ਪਵੇ ਦੁਕਾਨ ਤੇ ਬਾਅਦ ਚ ਕਬਜ਼ਾ ਕਰ ਲਵੇ ਨਹੀਂ ਐਵੇਂ ਹੀ ਕਰ ਲਵੇ ਕਿਉਂ ਸਾਡੀ ਗੱਲ ਹੋਈ ਐ ਤੇ ਕਬਜ਼ਾ ਹੈਗਾ ਕੋਈ ਜੇ ਭਾਈ ਨਹੀਂ ਵੀ ਕਬਜ਼ਾ ਹੈਗਾ ਤੇ ਆਪਾਂ ਤੋਂ ਬਾਜ਼ਾਰੋਂ ਮੁੱਲੇ ਲੈ ਲਾਂਗੇ ਸ਼ਹਿਰੋਂ 60-70 ਰੁਪਏ ਦਾ ਕਬਜ਼ਾ ਆਉਂਦਾ। ਉਹ ਬਹਿ ਜਾ ਓਏ। ਬਹਿ ਜਾ ਐਡਾ ਤੂੰ ਡਾਊਨ ਕਿਤੇ। ਕਬਜ਼ੇ ਲੈਂਦਾ ਫਿਰਦਾ। ਮੈਨੂੰ ਕਿਤੇ ਸਾਰੇ ਕੰਮ ਛੱਡ ਕੇ ਹੁਣੇ ਹੀ ਨਾ ਕਬਜ਼ਾ ਲੈਣਾ ਪਵੇ ਕਿਤੇ। ਆਦਾ। ਇਦਾਂ ਨਹੀਂ ਤਾਂ ਦੁਕਾਨਦਾਰੀਆਂ ਚੱਲਦੀਆਂ ਪਈਆਂ। ਮਾਰ ਕੇ ਨਾ ਤੇਰੇ। ਤੇ ਮੈਂ ਤੇਰਾ ਰੁਗ ਜਿਆ ਭਰ ਲੈਣਾ 2 ਕਿਲੋ ਦਾ। ਚਵਲੇ ਜੀਏ। ਲੜੀ ਜਾਣਾ। ਬਕਵਾਸ ਆਪਣੀ ਬੰਦ ਕਰਿਆ ਕਰ ਜਦੋਂ ਗਾਹ ਕਾਏ ਹੁਣ। ਤੋਂਦਾਂ ਨਾਲ ਵੀ ਗੱਲ ਕਰੋ ਤੇ ਭਾੜਾ ਕਾ ਵੀ ਲੜਨਾ ਸਵੇਰ ਸ਼ਾਮ ਲੜੀ ਜਾਂਦੇ ਲੜੀ ਜਾਂਦੇ ਜੇ। ਆ ਵੇ ਮੂੰਹ ਖਾਣੋ ਨਾ ਟੀਮ ਬੋਸ ਵੀ ਤਾਂ ਜਾਣੇ ਤੇ ਮੈਂ ਖਾਲਾਂਗਾ ਤਾਂ ਕੀ ਹੋ ਜਾਏਗਾ ਬੋਸ ਜਾਣੇ ਮਾਮਾ ਫ੍ਰਿਜ ਲਾਏ ਆ ਮੈਂ ਉਹ ਗਾ ਗਾਇ ਗੱਲ ਗੱਲ ਹਾਂ ਕੀ ਪਾ ਲਾਏ ਦਾਣੇ ਹਾਂਜੀ ਦਾਣੇ 350 350 ਦੇ ਕਿੰਨੇ ਦਰਜਣ ਉਹ ਕਿਲੋ ਭਰਾਵਾ ਸਾਡੇ ਤੂੰ ਕਿੰਨੂ ਲੈਣ ਆਇਆ ਯਾਰ ਤੂੰ ਉਹਦੇ ਨਾਲ ਲੜਨਿਆ ਤੂੰ ਉਹਦੇ ਨਾਲ ਲੜ ਤੂੰ ਮੇਰੇ ਨਾਲ ਲੜਨਿਆ ਯਾਰ ਉਹ ਯਾਰ ਜੇ 350 ਨੂੰ ਤੈਨੂੰ ਦਰਜਣ ਦਿੱਤੀ ਤੂੰ ਤਾਂ ਵੀ ਫਾਹ ਪਾ ਲੈਣਾ ਵਾ ਕਿ ਐਡੇ ਮਹਿੰਗੇ ਆ ਜੀ ਮਸਮੀਆਂ ਲਾਈਆਂ ਸੀ ਨਹੀਂ ਇੱਕੋ ਰ ਮਤਲਬ ਰਸੇ ਤੂੰ ਬੰਨੀ ਜਾਣਾ ਤੂੰ ਉਹਦੇ ਨਾਲ ਆਪਣੀ ਲੜਾਈ ਲੜ ਜਿਹੜੀ ਆਪਣੇ ਮੁਲਾਜ਼ਮ ਨਾਲ ਲੜਨੀ ਹੈ ਤੂੰ ਗਾਗਾ ਨਾਲ ਵੀ ਇਦਾਂ ਕਰੀ ਜਾਂਦੇ ਆ ਗਾਗ ਰੱਬ ਦੀ ਰਹਿਮਤ ਹੁੰਦੀ ਯਾਰ ਉਹ ਤੇ ਯਾਰ ਮੈਂ ਕਦੋਂ ਕਹਿਣ ਨੇ ਭਾਈ ਤੂੰ ਜ਼ਹਿਮਤ ਆ ਤੁਸੀਂ ਭਾਈ ਕੀ ਕਰਨ ਦਾ ਪਸੰਦ ਕਰੋ ਰੇਟ ਦਾ ਘਾਟਾ ਵਾ ਤਾਂ ਕਰ ਲਾਂ ਤੁਹਾਡੇ ਨਾਲ ਜੁਗਤਾਂ ਕਰਨ ਦੇ ਆ ਯਾਰ ਤੁਸੀਂ ਫੈਸਲਾਬਾਦੀ ਆ ਇਦਾਂ ਨਹੀਂ ਹੋਰ ਅਸੀਂ ਤੈਨੂੰ ਆਤਕਵਾਦੀ ਲੱਗਦੇ ਆ ਫੈਸਲਾਬਾਦੀ ਆ ਹੀ ਆ ਉਹ ਤੁਹਾਨੂੰ ਜੁਗਤਾਂ ਤੋਂ ਇਲਾਵਾ ਕੁਝ ਨਹੀਂ ਹੁੰਦਾ ਫੈਸਲਾਬਾਦੀਆਂ ਨੂੰ ਜੁਗਤਾ ਯਾਰ ਅਸੀਂ ਕਦੋਂ ਤੈਨੂੰ ਆਉਂਦੀਆਂ ਦੀ ਤੇਰੀ ਕੋ ਲਾਪਾ ਕਰ ਦਿੱਤੀ ਹੈ ਮੈਂ ਗੱਲ ਉਹਦੇ ਨਾਲ ਕਰਨ ਦੇ ਆ ਮੈਂ ਕਿ ਪੁੱਤ ਕੱਲ ਨੂੰ ਤੂੰ ਵੀ ਮਰਨਾ ਹਾਂ ਕਿਸੇ ਨੂੰ ਸਮਾਨ ਪੂਰਾ ਬਚਾਏਗਾ ਤੇ ਕੱਲ ਨੂੰ ਅਸੀਂ ਵੀ ਤੇਰੇ ਭਾਜੀ ਸਮਾਨ ਪੂਰਾ ਬਚਾ ਦੇਾਂਗੇ ਨਹੀਂ ਅਕਲ ਦੀ ਗੱਲ ਤੇ ਅਕਲ ਦੀ ਹੈ ਹਾਂ ਮੈਂ ਕੀ ਪਾਲਾ ਐ ਐ ਭਾਜੀ 300 ਰੁਪਏ ਐ ਐ 350 ਰੁਪਏ ਐ ਐ 350 ਕਿਉਂ ਆ ਹਾਂਜੀ ਇੱਕੋ ਜੈ ਨੇ ਦੋਨੋਂ ਹੈ ਇੱਕੋ ਜੈ ਨਹੀਂ ਨਹੀਂ ਹਾਂ ਜੇ ਜਦੋਂ ਤੁਸੀਂ ਗੌਰ ਨਾਲ ਵੇਖੋਗੇ ਨਾ ਚਾਰ ਘਾਤੇ ਰੱਖੇ ਤਾਂ ਉਹ ਵੱਡੇ ਛੋਟੇ ਦਾ ਪਤਾ ਲੱਗ ਜੂ ਅੱਛਾ ਇਹ ਬਰੀਕ ਆ ਬਰੀਕ ਆ ਰਾਤੀ ਗਿਆ ਮੈਂ ਬਜ਼ੁਰਗਾਂ ਕੋ ਹਾਂ ਵਾ ਵਾ ਕੰਨ ਚ ਬਾਬਾ ਦਿਰ ਗੱਲਾਂ ਗੁਲਾਂ ਦੱਸਦੇ ਰਹੇ ਤੁਹਾਡੇ ਹਾਂ 100 ਰਾਜ਼ ਦੀਆਂ ਗੱਲਾਂ ਹੁੰਦੀਆਂ ਨਾ ਫਿਰ ਜਿਨ੍ਹਾਂ ਨੇ ਜਾਣਾ ਹੁੰਦਾ ਓਏ ਆਹੋ ਜੀ ਬੱਸ ਜੀ ਔਲਾਦ ਨੂੰ ਹੀ ਦੱਸਣੀਆਂ ਹੁੰਦੀਆਂ ਹਾਂ ਹਾਂ ਜੀ ਉਹ ਸਵੇਰ 6 ਵਜੇ ਨਾ ਜੀ ਫੌਤ ਹੋ ਗਿਆ ਓਏ ਹੋਏ ਇਨਨਾ ਲਾਹਵੈ ਇਨਾਲਾ ਦੁਆ ਕਰੋ ਜੀ ਦੁਆ ਦਾ ਟਾਈਮ ਤੇ ਨਹੀਂ ਥੱਕੇ ਨਾ ਕਰਾਉਣੀ ਚਲੋ ਹੱਥ ਵੀ ਫੇਰ ਲਓ ਕਿ ਕੰਨ ਜੇਹੀ ਦੱਸ ਕੇ ਗਿਆ ਸੀ ਜਿਹਦੇ ਕੋ ਜਾਣਾ ਲੰਬੀ ਕਰਾਉਣੀ ਓ ਹੋ 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 ਤੇ ਕੀ ਭਾ ਦੱਸਿਆ ਇਹਨਾਂ ਦਾ ਐ 300 ਰੁਪਏ ਆ ਆ 350 ਚੋਕਲੋ ਚੋਕਲੋ ਕੁਛ ਐ 300 ਆ 350 ਇਹ ਭਾਜੀ ਕਦੋਂ ਅਸੀਂ ਟਮਾਟਰ ਲਾਏ ਆ ਕਿ ਥੱਲੇ ਤੁਸੀਂ ਚੁਗ ਚੁਗ ਲੈਣੇ ਉੱਤੇ ਨਰਮ ਲਾਏ ਆ ਥੱਲੇ ਸਖਤ ਆ ਐਦਾਂ ਕਰੋ 1350 ਦਾਣਾ ਇਹਦੇ ਚੋ ਦੇ ਦਿਓ ਕਿੰਨਾ 1350 1350 ਬਾਬਾ ਜੀ ਕਲੀ ਜੋਟੇ ਦੇ ਸ਼ਕੀਨ ਸੀ ਮਤਲਬ ਉਹ 1350 ਦਾਣਾ ਹੁਣ ਇਹਨੂੰ ਅਸੀਂ ਹਫਤਾ ਲਾ ਆ ਦੀਏ ਗਿਣਦੇ ਆ ਨਹੀਂ ਨਹੀਂ ਇਹ ਬਜ਼ੁਰਗਾ ਨੇ ਕਿਹਾ ਸੀ ਮੈਨੂੰ ਕਿ ਦਾਣੇ ਜਿਹੜੇ ਮੇਰੇ ਕੁਲਾਂ ਤੇ ਲੈਣੇ ਨੇ ਨਾ ਪੜ ਕੇ ਮਤਲਬ ਕਿ ਗਿਣ ਕੇ ਲੈਣੇ ਨੇ ਗਿਣ ਕੇ ਲੈਣੇ ਬਰਾਦਰੀ ਸਾਰੀ ਬਾਬੇ ਹੁਣਾਂ ਦੀ ਕਾਢਿਆਂ ਦੀ ਹੈ ਮਤਲਬ ਉਹ ਯਾਰ 1350 ਦਾਣਾ ਇਹ ਕਿਹਨਾਂ ਨੂੰ ਦੇਵਾਂਗਾ ਏ ਬਾਬੇ ਦੇ ਨਾਲ ਹੀ ਕਿਤੇ ਗੁੱਥਲੀ ਚ ਬਨ ਕੇ ਭੇਜ ਦੀ ਨਹੀਂ ਨਹੀਂ ਤੁਹਾਡਾ ਕੰਮ ਆ ਯਾਰ ਤੁਸੀਂ ਦਿਓ ਮੈਨੂੰ ਉਹ ਯਾਰ ਸਾਢੇ 1350 ਦਾਣਾ ਅਸੀਂ ਤੈਨੂੰ ਕਿਦਾਂ ਗਣ ਕੇ ਦੇਈਏ ਵਿੱਚ ਨਾ ਸਾਢੇ 1600 ਮਖਾਨਾ ਪਾ ਦੇਣਾ 650 ਮਖਾਨਾ ਤਾਂ ਸਾਢੇ 1350 ਆ ਇਹ ਤੁਸੀਂ ਕੁਲਾ ਦਾ ਖਤਮ ਦੋ ਵਾਲਾ ਕਿ ਬਾਬੇ ਅਨ ਤਸਵੀਰ ਬਣਾਉਣੀ ਹੈ ਵਿਪਲਮ ਨੇ ਦੱਸੋ ਕਿ ਲੋਕ ਕਿ ਕਿਲਵਾ ਦੇ ਹਿਸਾਬ ਨਾਲ ਲੈਂਦੇ ਕੋਈ ਅੱਧਾ ਕਿਲੋ ਲੈ ਗਿਆ ਕਿਲੋ ਕੋਈ ਦੁਕਾਨਦਾਰ ਹੀ ਭਾਈ ਜਿੱਦਾਂ ਮਰਜ਼ੀ ਅਗਲੇ ਨੂੰ ਜਿੱਦਾਂ ਸੌਦਾ ਵਾਰੇ ਕਰਦਾ ਉਹ ਯਾਰ ਤੂੰ ਕਹਿ ਕੇ ਮੈਂ ਭਾਈਆ ਲੈਣੇ ਮੈਂ ਅੱਧਾ ਕਿਲੋ ਲੈਣੇ ਆ ਨਹੀਂ ਉਹ ਸਾਡੇ ਵਾਲੇ ਪਾਸੇ ਨਹੀਂ ਸਾਡੇ 1300 ਦਾਣਾ ਤੈਨੂੰ ਆ ਦੇ ਦੀਏ 650 ਮਖਾਣਾਂ ਦੇ ਦੀਏ ਆਪਣੇ ਫੈਸਲਾਬਾਦ ਜਿਹੜੇ ਕਿੰਨੂ ਆ ਉਹ ਦਰਜਣ ਦੇ ਹਿਸਾਬ ਨਾਲ ਵਿਕਦੇ ਆ ਨਾ ਸਾਈਵਾਲ ਲਾਹੌਰ ਚੀਚਾ ਵਤਨੀ ਮੀਆਂ ਚੰਨੂ ਮਲਤਾਨ ਤੱਕ ਕਿਲਵਾਂ ਦੇ ਹਿਸਾਬ ਨਾਲ ਵਿਕਦੇ ਹੁਣ ਅਸੀਂ ਕੀ ਕਹੀਏ ਉਹਨਾਂ ਨੂੰ ਕਹੋ ਕਿ ਭਾਜੀ ਫੈਸਲਾਬਾਦ ਦਰਜਣ ਨਾਲ ਵਿਕਦੇ ਐ ਇਦਾਂ ਹੀ ਫਰਕ ਹੁੰਦੇ ਨੇ ਗੱਲਾਂ ਦੇ ਬੰਦਿਆਂ ਦੇ ਉਹ ਪਾਜੀ ਮੇਰੀ ਸੁਣੋ ਗੱਲ ਉਹ ਕਿੰਨੋ ਏਡਾ ੜਾ ਦਾਣਾ ਵਾ ਉਹ ਦਰਜਣ ਗਿਣਨ ਲੱਗਿਆ ਗੇ ਰੋਲਾ ਨਹੀਂ ਹੁੰਦਾ ਇਹ ਤਾਂ ਨਿੱਕੇ ਨਿੱਕੇ ਦਾਣੇ ਸੀ ਤਿੰਨ ਮਿੰਟੇ ਸੇ ਘੰਟੇ ਲੱਗੇ ਰਾਂਗੇ ਸਾਢੇ 1350 ਦਾਣੇ ਤੈਨੂੰ ਗਿਣ ਕੇ ਦੇਈਏ ਰਾਜ ਸਾਨੂੰ ਬਿੰਤੀ ਭੁੱਲ ਜਾਵੇ ਹਾਂ ਤੇ ਮੁੰਡੋ ਸ਼ੁਰੂ ਹੋ ਜੀ ਉਹ ਤਾਂ ਦਿਲ ਕਰੇ ਉਹਦਾ ਖਤਮ ਨੰਗ ਜਾਵੇ ਕਿਹਦਾ ਉਹ ਜਿਹੜਾ ਮਾਰ ਕੇ ਆਇਆ ਨਹੀਂ ਤਾਂ ਆਪਾਂ ਘੰਟਾ ਲੇਟ ਕਰ ਲਾਂਗੇ ਸ਼ੁਰੂ ਕਰੋ ਭੈਣ ਉਹ ਕੌਣ ਆ ਯਾਰ ਤੂੰ ਇਹ ਕਿਤੇ ਤੂੰ ਸਾਡੇ ਕੋਲ ਦਵਾ ਜਿਹੜੀ ਬੇਟਾਈ ਮੇ ਕਰਾਉਣ ਡਿਆ ਕੀ ਮਤਲਬ ਓਏ ਮਗਰਬ ਤੋਂ ਪਹਿਲੇ ਪਹਿਲੇ ਹੁੰ ਉਹ ਵੀ ਕੋਈ ਜਾ ਕੇ ਅਗਲੇ ਦੇ ਘਰ ਦੁਆ ਕਹਿੰਦਾ ਕਹੀ ਚਲੋ ਜੀ ਦੁਆ ਕਰੋ ਤੇ ਤੂੰ ਕੈਸਾ ਬੰਦਾ ਹਾਂ ਬਾਬਾ ਬਹੁਤਾ ਗੁਨਾਹਗਾਰ ਸੀ ਤੂੰ ਦੁਕਾਨਾਂ ਤੇ ਜਾ ਜਾ ਕਰਵਾਉਂਦੇ ਆ ਨਹੀਂ ਨਹੀਂ ਉਹ ਤਾਂ ਤੁਸੀਂ ਜਰਾ ਦੋਨੋਂ ਅੱਛੇ ਆਦਮੀ ਲੱਗੇ ਆ ਤੇ ਮੈਂ ਕਹਿ ਦਿੱਤਾ ਜਰਾ ਆ ਤੈਨੂੰ ਸ਼ਕਲ ਉਹ ਅੱਛਾ ਲੱਗਣ ਡਿਆ ਚਲੋ ਜੀ ਕੋਈ ਬਰਦਾਸ਼ਤ ਵੀ ਕਰ ਲੋ ਕਿਸੇ ਦੀ ਗੱਲ ਹੈ ਗਿਣੋ ਜੀ ਗਿਣੋ ਕੀ ਗਣੀ ਐ ਚਨੇ ਉਹ ਯਾਰ ਚਨੇ 1350 ਚਣਾ ਤੈਨੂੰ ਕਿਵੇਂ ਗਣਦੀ ਐ ਯਾਰ ਐਦਾਂ ਐਦਾਂ ਦੇਖੋ ਹੈ ਉਹ ਯਾਰ ਤੂੰ ਇਹਨਾਂ ਨੂੰ ਛੱਡ ਐ ਸਸਤੇ ਨੇ ਆ ਲੈ ਜਾ ਨਹੀਂ ਅਗਣੀਆਂ ਵੀ ਜਾਏਗਾ ਨਹੀਂ ਇਹ ਤਾਂ ਹੈ ਹੀ ਬੇਲਬਾਸ ਚਣੇ ਨੇ ਓ ਯਾਰ ਬੇਲਬਾਸ ਆ ਮੈਂ ਕਦੋਂ ਇਹਨਾਂ ਦੇ ਕੱਪੜੇ ਲਾ ਕੇ ਟੰਗੇ ਆ ਕਿ ਨਹਿਰ ਚ ਨਾਉਂਦੇ ਆ ਇਹ ਤਾਂ ਮੈਂ ਸੁੱਕਣੇ ਪਾਉਂਦੇ ਆ ਕਿ ਜਦੋਂ ਸੁੱਕਦੇ ਮੈਂ ਤੁਹਾਨੂੰ ਪਵਾ ਦਿੰਨਾ ਇਹਨਾਂ ਨੂੰ ਠੰਡ ਲੱਗ ਗਈ ਨਹੀਂ ਆ ਤਾਂ ਫੇਰ ਵੀ ਚਲੋ ਕੱਪੜੇ-ਕੁਪੜੇ ਪਾਏ ਓ ਯਾਰ ਇਹਨਾਂ ਨੇ ਕਦੋਂ ਠੰਡ ਦੇ ਨਾਲ ਚਦਰਾਂ ਦੀਆਂ ਬੁਕਲਾ ਮਾਰੀਆਂ ਮਠਾਈ ਮਿਲੇਗੀ ਹੈ ਮਠਾਈ ਓ ਕੋ ਖੁਦਾ ਦਾ ਖੌਫ ਖਾ ਕਿਸੇ ਕੋਈ ਛੇਤਰ ਨਾ ਘਾਲੇਂ ਬਾਬਾ ਤੇਰਾ ਕਬੱਡੀ ਨਹੀਂ ਜਿੱਤਿਆ ਕਿ ਜਿਹੜਾ ਉਹ ਮੰਜਾ ਜੀ ਤੇ ਆ ਤੇ ਉਹਨੇ ਕਿਹਾ ਜਾ ਜਾ ਕੇ ਮਠਿਆਈ ਦਾ ਐਸ ਟਾਈਮ ਕਿੱਥੋਂ ਮਠੇਈ ਲੱਭਣੀ ਹੈ ਨਹੀਂ ਵੈਸੇ ਮੇਰਾ ਦਿਲ ਕਰ ਰਿਹਾ ਸੀ ਮੈਂ ਕਿਹਾ ਦੁੱਧ ਪੋਰਾ ਕੁ ਬਰਫੀ ਬੰਦਾ ਖਾ ਲਵੇ ਅੱਛਾ ਜੀ ਬਰਫੀ ਤੁਹਾਡੀ ਸ਼ੂਗਰ ਲੋ ਹੋਈ ਏ ਬਰਫੀ ਖਾਣੀ ਦੋ ਬਰਫੀ ਖਾ ਲਵੇ ਯਾਰ ਤੂੰ ਮੁਲਾਜ਼ਮ ਆਦਮੀ ਹੈ ਤੂੰ ਕਿਉਂ ਗੱਲਾਂ ਕਰਨ ਰਿਹਾ ਹੈ ਮੁਲਾਜ਼ਮ ਸਾਡੀ ਜਾਨ ਛੱਡੋ ਅਸੀਂ ਨਹੀਂ ਪਹਿਲੇ ਤੂੰ ਰੱਜਿਆ ਨਹੀਂ ਉਹ ਕੋ ਕਰਾ ਕੇ ਮੇਰੇ ਆਉਣ ਤੋਂ ਪਹਿਲੇ ਤੇਰੀ ਇੰਨੀ ਹੋਣ ਢੀ ਸੀ ਉਹਦੇ ਨਾਲ ਤੈਨੂੰ ਠੰਡ ਨਹੀਂ ਪਈ ਪਾਜੀ ਮੈਂ ਯਾ ਕਰਨਾ ਵਾ ਹਾਂ ਦਾ ਹੋਰ ਗੱਲ ਕੋਈ ਨਹੀਂ ਜੀ ਐਡਾ ਰੌਲਾ ਕੋਈ ਨਹੀਂ ਗਾ ਨਾ ਮੇਰੇ ਤੋਂ ਤਕੜਾ ਵਾ ਹਾਂ ਸਮਝ ਲਗੀ ਨਾ ਮਾਲਕ ਆ ਬਸ ਦਾ ਯਾ ਕਰੀਦਾ ਤੇ ਰਜ਼ਕ ਲੱਗਾ ਬਚੇ ਇੱਕ ਤਕੜੇ ਵਾਲੀ ਕਿਹੜੀ ਗੱਲ ਆ ਮਾਮਾ ਤੇਰੇ ਥੱਪੜ ਮਾਰ ਕੇ ਬੰਦਾ ਪੈਦਲ ਹੋ ਜਾਵੇ ਤੇਰ ਕੋ ਮਗਰ ਆਇਆ ਨਹੀਂ ਜਾਣਾ ਕੌਣ ਤੁਸੀਂ ਥੱਪੜ ਮਾਰੋ ਤੇ ਸਹੀ ਸਰਗੁਣ ਬਗਵਾਸ ਬੰਦ ਕਰ ਆਪਣੀ ਬਗਵਾਸ ਬੰਦ ਕਰ ਗਿਣੋ ਕੀ ਗਣੀ ਐ ਚਣੇ ਯਾਰ ਹੋਰ ਕੀ ਕੋਈ ਯਾਰ ਚਣੇ ਗਣੀ ਐ ਤੂੰ ਕੀ ਸਾਡੇ ਨਾਲ ਸੁਣਦਾਰਾ ਖੇਡਣ ਨੇ ਵੀ ਚਣੇ ਗਣੀ ਐ ਤੂੰ ਸਾਡੇ ਕੋਲ ਜਿੱਤ ਗਿਆ ਸਾਡੇ 1350 ਚਣਾ ਹੈਂ ਯਾਰ ਤੁਸੀਂ ਦੁਕਾਨਦਾਰ ਆ ਕਿ ਬਦਮਾਸ਼ ਆ ਉਹ ਯਾਰ ਤੂੰ ਗਾ ਗਾ ਕੇ ਤੂੰ ਚਵਲ ਆ ਤੂੰ ਮਤਲਬ ਕਿਦਾਂ ਆ ਤੂੰ ਜੋ ਇਹੋ ਹੀ ਗੱਲ ਕਰਨ ਨੇ ਜੇ ਤੈਨੂੰ ਆ ਦੱਸੇ ਤਾਂ ਤੂੰ ਕਹਿਣੇ ਬੇਲਬਾਜ਼ ਆ ਹੈ ਜੇ ਤੈਨੂੰ ਕੱਪੜੇ ਆਲੇ ਦੇਣ ਨੇ ਤੇ ਉਹ ਤੇਰੇ ਵਾਰੇ ਨਹੀਂ 1350 ਕਿਦਾਂ ਗਿਣਨ ਦੀਏ ਯਾਰ ਯਾਰ ਤਰ ਤੁਹਾਨੂੰ ਪਤਾ ਨਹੀਂ ਗਿਣਤੀ ਨਹੀਂ ਹੁੰਦੀ ਪੜੇ ਲਿਖੇ ਨਹੀਂ ਹੈਗੇ ਤੁਸੀਂ ਉਹ ਯਾਰ ਗਿਣਤੀ ਆਉਂਦੀ ਆ ਲੇਕਿਨ ਇੰਜ ਨਹੀਂ ਕੋਈ ਵੀ ਕਰਦਾ ਤੂੰ ਜੇ ਕੋਈ ਬਾਬੇ ਤੇ ਕੋਈ ਉਹਦੇ ਉੱਤੇ ਕੋਈ ਕਰਨ ਲੱਗਾ ਨਾ ਭਲਾ ਤੇ ਇਹ ਕਿਲੋ ਲੈ ਲੈ ਅੱਧਾ ਕਿਲੋ ਲੈ ਲੈ ਮੈਂ ਬਾਬੇ ਨੇ ਜਿਹੜੀ ਮਰਨ ਤੋਂ ਪਹਿਲੇ ਮੈਨੂੰ ਗੱਲ ਕਰਨੀ ਸੀ ਦੱਸੀ ਸੀ ਉਹ ਮੈਂ ਉਹਦੀ ਫਰਕ ਕਰਦਿਆਂ ਗੱਲ ਕਿਹੜੀ ਗੱਲ ਫਰਕ ਕਰਦਿਆਂ ਉਹਨੇ ਮੈਨੂੰ ਕਿਹਾ ਸੀਗਾ ਜਿਲੇ ਮੈਂ ਫੌਤ ਹਾਂ ਨਾ ਤੇ ਕੁਲਾਂ ਦੇ ਉੱਤੇ 1350 ਚਣਾ ਹੋਣਾ ਚਾਹੀਦਾ ਵਿੱਚ 3350 ਮਿੱਠੀਆਂ ਫੁੱਲੀਆਂ ਪਵਾ ਲੈ ਹ ਲੈ ਉਹ ਚਲੇ ਸਾਦਾ ਨਹੀਂ ਮਾਣ ਉਹ ਤੋਂ ਮਿੱਠੀਆਂ ਫੁੱਲੀਆਂ ਉਹ ਭਾਜੀ ਇੰਜ ਨਹੀਂ ਹੁੰਦਾ ਇਹਨਾਂ ਦਾ ਹੁੰਦਾ ਵਜ਼ਨ ਦੇ ਹਿਸਾਬ ਦੇ ਨਾਲ ਤੁਸੀਂ ਏਡਾ ਕਿਲੋ ਲੈ ਲਓ ਉਹਦੇ ਵਿੱਚ ਤੁਹਾਨੂੰ 1350 ਆ ਜਵੇ ਉਹਦੇ ਚ ਪੂਰਾ 1400 ਆ ਜਵੇ ਨਹੀਂ ਇੱਕ ਦਾਣਾ ਉੱਤੇ ਨਹੀਂ ਇੱਕ ਥੱਲੇ ਨਹੀਂ ਇਹ ਬਾਬੇ ਨੇ ਨਸੀਹਤ ਕੀਤੀ ਹਾਂਜੀ ਹਾਂਜੀ ਲੋਕਾਂ ਦੇ ਬਾਬੇ ਮਰਦੇ ਆ ਉਹ ਨਸੀਹਤਾਂ ਕਰਦੇ ਨੇ ਪੁੱਤ ਤੇਰਾ ਉੱਥੇ 13 ਮਰਲੇ ਦਾ ਪਲਾਟ ਆ ਉੱਥੇ ਤੇਰਾ ਫਲਾਨਾ ਵਾ ਉੱਥੇ ਪਿੱਛੇ ਮੇਰੀ ਜ਼ਮੀਨ ਰਹਿ ਗਈ ਆ ਉਹ ਤੈਨੂੰ 1350 ਦੱਸ ਕੇ ਗਿਆ ਦਾਣਾ ਹਾਂਜੀ ਹਾਂਜੀ ਜੀ ਭਾਈ ਜੀ ਜੀ ਬਾਬਾ ਬੜਾ ਜੋਹਾਰੀਆ ਟਾਈਪ ਸੀ ਵੀ ਮਤਲਬ ਨਾ ਤੈਨੂੰ 1400 ਗਿਆ ਨਾ ਪੂਰਾ 1300 ਗਿਆ ਉਹਨੇ ਕਿਹਾ ਸਾਢੇ 1300 ਹੀ ਲੈਣਾ ਹਾਂਜੀ ਸਾਢੇ 1300 ਫੇ ਸਾਢੇ 1300 ਨਹੀਂ ਮਿਲਣਾ ਗਿਣੋ ਜੀ ਕੀ ਗਿਣੀ ਹੈ ਆ ਵੇਖ ਹੁਣ ਆ ਮੈਂ ਇੱਕ ਆ ਵੇਖ ਨਾਲ ਦੋ ਇੱਕ ਡਿ ਗਿਣਿਆ ਵਾ ਤੇ ਦੋ ਨਾਲ ਐਵੇਂ ਡਿ ਗ ਪੈ ਕਿੰਨੇ ਡਿਗੇ ਦੋ ਤਿੰਨ ਡਿਗ ਪੈ ਤਿੰਨ ਹੋ ਗਏ ਨਾ ਪਿੱਛੇ ਰਹਿ ਗਏ 1347 ਓਏ ਮੈਂ 1947 ਤੋਂ ਵੀ ਗਿਣਨੇ ਸ਼ੁਰੂ ਕਰਦਾ ਇਹ ਸਾਢੇ 1300 ਫੇਰ ਨਹੀਂ ਗਿਣਿਆ ਜਾਣਾ ਸਮਝ ਲੱਗੀ ਆ ਤੈਨੂੰ ਕਿ ਨਹੀਂ ਅਜੀਬ ਲੋਗ ਆ ਯਾਰ ਤੂੰ ਵੀ ਅਜੀਬ ਲੋਗ ਆ ਮਰਨ ਵਾਲਾ ਵੀ ਅਜੀਬ ਆ ਜਿਹੜਾ ਤੈਨੂੰ ਕਹਿ ਗਿਆ 1350 ਦਾਣਾ ਇਸੇ ਵਾਸਤੇ ਤੁਹਾਡੀ ਦੁਕਾਨਦਾਰੀ ਨਹੀਂ ਚੱਲਣ ਢਈ ਚੱਲਣ ਢਈ ਅੱਲਾ ਦੀ ਰਹਿਮਤ ਨਾ ਤੇਰੇ ਹੁੰਦੇ ਆ ਕਿੰਨੇ ਗਾਹਕ ਪਗਤਾਏ ਆ ਇੱਥੇ ਗਾਹਕ ਆਉਂਦੇ ਹੋਣ ਨਾ ਤਾਂ ਤੁਸੀਂ ਆਪਸ ਵਿੱਚ ਲੜੋ ਨਾ ਇੱਥੇ ਉਹ ਲੜੋ ਮੈਂ ਉਹਦੇ ਕਦੋਂ ਬਾਲਾ ਮਾਰ ਕੇ ਉਹਦਾ ਮੈਂ ਸਿਰ ਖੋਲ ਦਿੱਤਾ ਉਹ ਮਾਰੇਗਾ ਬਾਲਾ ਕੌਣ ਮਾਰੇਗਾ ਉਹ ਮਾਰੇਗਾ ਜਿੰਨਾ ਤੂੰ ਉਹਦੇ ਗਲ ਪੈਣਾ ਨਾ ਉਹ ਮਾਰੇਗਾ ਜਾ ਯਾਰ ਕੰਮ ਕਰ ਜਾ ਕੇ ਹਾਂ ਉਹ ਭਾਈ ਮੈਨੂੰ ਤੇਰੀ ਸਮਝ ਲੱਗ ਗਈ ਤੂੰ ਬਾਲਾ ਨਹੀਂ ਮਰਵਾਉਣਾ ਮੇਰੀ ਤਨਹਾ ਮਰਵਾਉਣੀ ਏ ਜਾ ਮੇਰਾ ਵੀਰ ਕਿਤੇ ਕੰ ਸਾਢੇ 1300 ਦਾਣਾ ਤੇ ਵਿੱਚ ਮਿੱਠੀਆਂ ਫੁੱਲੀਆਂ ਤੇ ਲੂਣੀਆਂ ਫੁੱਲੀਆਂ ਐਡਾ ਬਾਬਾ ਤੇਰਾ ਕਿਤੇ পাগল ਆ ਤੁਸੀਂ পাগল ਉਹ ਤੂੰ ਵੀ পাগল ਆ ਕਿਸੇ ਹੋਰ ਨੂੰ ਨਾ ਗਿਆ ਕਹਿ ਦੀ ਸਾਢੇ 1300 ਦਾਣਾ ਦੇ ਦੇ ਮੈਂ ਕਹਿਣਾ ਤੂੰ ਫੜਾ ਗਿਆ ਫੜਾ ਕੇ ਗਿਆ ਸਾਢੇ 1300 ਦਾਣਾ ਜੇ ਤੈਨੂੰ ਆਹ ਵਹਾਇਆ ਤੇ ਜੀ ਇਹ ਲਬਾਜ਼ ਨਹੀਂ ਪਾਇਆ ਐਡਾ ਤੂੰ ਕਿਤੇ ਲਬਾਜ਼ੂ ਜਿੱਦਾਂ ਨਾ ਉਹਦੇ ਨਾਲ ਗੱਲ ਕਰਦਾ ਐਦਾਂ ਮੇਰੇ ਨਾਲ ਗੱਲ ਨਹੀਂ ਕਰਨੀ ਕਿਉਂ ਤੂੰ ਮੈਂ ਜੋ ਕੋ ਜਿਹੜੀ ਕੱਢ ਕੇ ਨਾ ਅੰਜ ਤੋਲ ਦੇਣੀ ਐ ਬੈ ਜਾ ਐਡਾ ਤੂੰ ਫੇਰੂ ਤੇ ਰੂ ਕਸਾਈ ਤੂੰ ਬੋਝਰੀ ਕੱਢ ਦੇਣੀ ਐ ਹਾਂ ਐਡਾ ਤੂੰ ਕਿਤੇ ਮੇਲੇ ਮੰਡੀਆਂ ਦਾ ਕਸਾਈ ਮੇਲੇ ਮੰਡੀਆਂ ਜਾਂ ਕੰਮ ਕਰ ਜਾ ਕੇ ਆਪਣਾ ਚਲੋ ਗਿਣੋ ਕੀ ਗਿਣੀ ਐ ਕੀ ਗਿਣੀ ਐ ਹਾਂ ਕੀ ਪਿਆ ਤੇਰੇ ਅੱਗੇ ਹੈ ਕੀ ਤੇਰੇ ਅੱਗੇ ਪਿਆ ਇਹ ਦਾਣੇ ਪਏ ਆ ਤੇ ਫੇਰ ਗਿਣੋ ਇਹ ਕੱਲ ਹੀ ਗਿਣੀ ਆ ਜਾ ਜਾ ਕੇ ਆਪਣਾ ਬਾਬਾ ਸਾਹਮਣੇ ਜਾ ਕੇ ਆ ਸੌਂਫ ਤੇ ਖਵਾਓ ਮਾੜੀ ਜੀ ਮਿੱਠੀ ਕਿਉਂ ਕੀ ਗੱਲ ਆ ਬਾਬੇ ਦੇ ਮਰਨ ਦੀ ਖੁਸ਼ੀ ਹੋਈ ਐ ਸੌਂਫ ਤੇ ਖਵਾਓ ਥੋੜੀ ਜੀ ਮਿੱਟੀ ਰਲਾ ਤਈ ਉਹਨੂੰ ਮਿੱਟੀ ਜਿ ਤੇ ਆ ਕੋਈ ਬੁੱਕ ਤਾਂ ਭਰ ਬੁੱਕ ਭਰ ਕੀ ਗੱਲ ਆ ਤੂੰ ਕੀੜੀਆਂ ਚੜਾਉਣੀਆਂ ਆਪਣੇ ਆਪ ਨੂੰ ਬੁੱਕ ਭਰ ਐਡਾ ਤੂੰ ਕੰਜੂਸ ਦੁਕਾਨਦਾਰ ਕੰਜੂਸ ਦੁਕਾਨਦਾਰ ਇਹਨਾਂ ਦਾ ਨਿਆਣੇ ਝੁੰਗਾ ਨਹੀਂ ਲੈਂਦੇ ਹੁਣ ਕੌਣ ਤੇ ਤੂੰ ਸਾਡੇ ਕੋ ਕੀ ਲਿਆ ਤੈਨੂੰ ਝੁੰਗਾ ਦੇ ਦਈਏ ਵੀ ਤੂੰ ਬੁੱਕ ਭਰ ਆ ਦੇਖ ਬੁੱਕ ਬਸ ਕਰ ਬਸ ਕਰ ਐਡਾ ਬੁੱਕ ਭਰਨ ਵਾਲਾ ਇਹ 1350 ਮੰਗਣ ਨੇ ਆ ਮਾਮਾ ਬੁੱਕ ਚ 5000 ਦਾ ਨਾ ਆ ਜਾਣਾ ਐਡੀਆਂ ਬੁੱਕਾਂ ਭਰਦਾ ਫਿਰਦਾ ਤੂੰ ਫੜਾ ਦਿਓ ਭਾਜੀ ਜਿਆ ਜਾ ਕੇ ਬਾਬੇ ਦਾ ਕੋਈ ਕਬਰ-ਕਬਰ ਭਾਰੋ ਦੀ ਗਰੀਬ ਦੀ ਇਹ ਦੁਕਾਨ ਤੁਹਾਡੀ ਬੰਦ ਹੋ ਜੇ ਨਹੀਂ ਹਾਂਜੀ ਭਾਜੀ ਟਾਈਮ ਹੋ ਗਿਆ ਬੰਦ ਕਰਨ ਦਾ ਕਰਨ ਲੱਗੇ ਬੰਦ ਤੁਹਾਡੀ ਦੁਆ ਕਬੂਲ ਹੋ ਗਈ ਆ ਨਿਕਲੋ ਇੱਥੋਂ ਚੱਲ ਡੌੜ ਜਾ ਇੱਥੋਂ ਸਾਡੇ 1300 ਦਾਣਾ ਉਹ ਫਲਾਨੀ ਜਗ੍ਹਾ ਇੱਥੇ ਦਰਜਣ ਮਿਲਦੀ ਆ ਉੱਥੇ ਕਿਲਵਾ ਨਾ ਦਿੰਦੇ ਆ ਤੇ ਫਲਾਨ ਦਿੰਦੇ ਗਾਗ ਨਹੀਂ ਆਉਣਾ ਇੱਥੇ ਉਹ ਤੇਰੇ ਵਰਗਾ ਪਾਗਲ ਕਿਤੇ ਵੀ ਨਾ ਆਵੇ ਗਾਗ ਨਹੀਂ ਆਉਣਾ ਗਾਗ ਨਹੀਂ ਆਉਣਾ ਗਾਗ ਨਹੀਂ ਆਉਣਾ ਗੱਲਾਂ ਨਾ ਮਾਰ ਤੇ ਦੁਕਾਨ ਬੰਦ ਕਰ ਕਰਨਾ ਬੰਦ ਕਰੀ ਬੱਸ ਹਾਂ ਬਖਰੀ ਤੇ ਕਾਨ ਬੱਲੇ ਜਾਂਦੀ ਏ ਤੈਨੂੰ ਪਤਾ ਨਹੀਂ ਲੱਗਦਾ ਬੰਦੇ ਕਿੱਦਾਂ ਦੇ ਆ ਤੇ ਕਿੱਦਾਂ ਦੇ ਨਹੀਂ ਆਹ ਵੇਖੋ ਨਾਲ ਦੀਆਂ ਦੀ ਦੁਕਾਨ ਬੰਦ ਕਰੀ ਜਾਂਦਾ ਓਏ ਆ ਆਪਣੀ ਆ ਆਪਣੀ ਦੁਕਾਨ ਆ ਇਹ ਜਿਹੜੀ ਬੰਦ ਕਰਨੀ ਆ ਮਾਮਾ ਉਹਨਾਂ ਕੋ ਮੈਨੂੰ ਉਹ ਕਹਿਣ ਚੋਰ ਆ